ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਸਾਲ ਸਵਾ ਸਾਲ ਦੇ ਸਮੇਂ ਤੋਂ ਬਾਅਦ ਚ ਟੋਲ ਪਲਾਜ਼ਾ ਸ਼ੁਰੂ ਹੋਣ ਦੀ ਗੱਲ ਕਹੀ ਗਈ ਸੀ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਤਸਵੀਰਾਂਆਂ ਨੇ ਅਸੀਂ ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਤੇ ਸਥਿਤ ਢਲਵਾ ਟੋਲ ਪਲਾਜ਼ੇ ਦੀਆਂ ਦਿਖਾ ਰਹੇ ਹਾਂ ਜਿੱਥੇ ਤਿਆਰੀਆਂ ਜੇਕਰ ਗੱਲ ਕੀਤੀ ਜਾਵੇ ਤਾਂ ਤਿਆਰੀਆਂ ਪੂਰੀਆਂ ਨੇ ਟੋਲ ਪਲਾਜ਼ੇ ਦੀਆਂ ਤਸਵੀਰਾਂਆਂ ਨੇ ਹੈਗੇ ਅੱਗੇ-ਅੱਗੇ ਨਾਲ-ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਿ ਟੋਲ ਪਲਾਜ਼ੇ ਦੇ ਉੱਤੇ ਟੋਲ ਨੂੰ ਸ਼ੁਰੂ ਕਰਨ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਬਕਾਇਦਾ ਤੌਰ ਤੇ ਕੀਤੀਆਂ ਗਈਆਂ ਜੇਕਰ ਬੂਥਾਂ ਦੀ ਗੱਲ ਕੀਤੀ ਜਾਵੇ ਤਾਂ ਬੂਥਾਂ ਦੇ ਵਿੱਚ ਕਹਿ ਸਕਦੇ ਆ ਕਿ ਕਰਮਚਾਰੀ ਜਿਹੜੇ ਆ ਉਹ ਆਪਣਾ ਕੰਮਕਾਰ ਕਰ ਰਹੇ ਨੇ ਔਰ ਬਕਾਇਦਾ ਤੌਰ ਦੇ ਉੱਤੇ ਇੱਕ ਤਰਫ ਦੀ ਗੱਲ ਕਰਾਂ ਤਾਂ ਬੈਰੀਕੇਟਿੰਗ ਫਿਲਹਾਲ ਬੈਰੀਕੇਟਿੰਗ ਜਿਹੜੀ ਹੈ ਉਹ ਜਾਰੀ ਹੈਗੀ ਆ ਔਰ ਉਸ ਦੇ ਨਾਲ ਹੀ ਜੇਕਰ ਗੱਲ ਕਰਾਂ ਤਾਂ ਹੱਲੇ ਟਲਵਾ ਟੋਲ ਪਲਾਜ਼ਾ ਜਿਹੜਾ ਹੈਗਾ ਉਹ ਸ਼ੁਰੂ ਨਹੀਂ ਕੀਤਾ ਗਿਆ ਸਫਾਈ ਪ੍ਰਬੰਧ ਨੂੰ ਲੈ ਕੇ ਜਿਹੜਾ ਹੈਗਾ ਸਟਾਫ ਜਿਹੜਾ ਹੈਗਾ ਇੱਥੇ ਮੁਸਤੈਦ ਦਿਖਾਈ ਦਿੱਤਾ ਗਿਆ ਔਰ ਫਿਲਹਾਲ ਇੱਕ ਗੱਲ ਹੋਰ ਸਾਫ਼ ਕਰ ਦਵਾਂ ਕਿ ਇੱਥੇ ਜਿਹੜਾ ਨਵਾਂ ਰੇਟ ਚਾਰਟ ਹੈਗਾ ਵਾ ਉਹ ਵੀ ਹੁਣ ਤੱਕ ਨਹੀਂ ਲਗਾਇਆ ਗਿਆ ਜਦੇ ਕਰਕੇ ਆਪਾਂ ਕਹਿ ਸਕਦੇ ਹੁਈਏ ਕਿ ਤੁਹਾਨੂੰ ਰੇਟਾਂ ਬਾਰੇ ਸਪਸ਼ਟ ਕੀਤਾ ਜਾਵੇ ਬਹਿ ਕਹਿਣ ਦੇ ਉੱਤੇ ਕੁਝ ਰੇਟ ਚਾਰਟ ਨਹੀਂ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਔਰ ਦੂਸਰੀ ਤਰਫ ਤਸਵੀਰਾਂਆਂ ਨੇ ਉਹ ਕਹਿ ਸਕਦੇ ਆ ਕਿ ਢਲਵਾ ਟੋਲ ਪਲਾਜ਼ੇ ਦੇ ਬਿਲਡਿੰਗ ਦੀਆਂ ਸਟਾਫ ਬਿਲਡਿੰਗ ਦੀਆਂ ਜਿੱਥੋਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਟਾਫ ਮੈਂਬਰ ਜਿਹੜੇ ਨੇ ਉਹ ਮੌਜੂਦ ਨੇ ਉਹਨਾਂ ਦੇ ਨਾਲ ਕਹਿ ਸਕਦੇ ਹਾਂ ਕਿ ਇੱਥੇ ਬਕਾਇਦਾ ਤੌਰ ਦੇ ਉੱਤੇ ਟ੍ਰੈਫਿਕ ਲਾਈਨ 1 ਜਾਂ 2 ਖੋਲੀਆਂ ਹੋਈਆਂ ਨੇ ਟ੍ਰੈਫਿਕ ਜਿਹੜਾ ਕਹਿ ਸਕਦੇ ਟੋਲ ਸਟਾਫ ਜਿਹੜਾ ਹੈਗਾ ਉਹ ਬਕਾਇਦਾ ਤੌਰ ਦੇ ਉੱਤੇ ਇੱਥੇ ਸੱਦਿਆ ਗਿਆ ਹੈ ਅੱਜ ਉਮੀਦ ਹੈਗੀ ਹੈ ਕਿ ਸ਼ਾਇਦ ਟੋਲ ਪਲਾਜ਼ਾ ਖੁੱਲੇਗਾ ਲੇਕਿਨ ਇਸ ਸਾਰੇ ਦੇ ਬਾਰੇ ਲੋਕਾਂ ਦੇ ਕੀ ਵਿਚਾਰ ਨੇ ਉਹ ਜਾਣਨੇ ਚਾਹਾਂਗੇ ਜਾਣ ਕੇ ਇੱਕ ਵਾਰ ਜ਼ਰੂਰ ਸਪਸ਼ਟ ਕਰਾਂਗੇ ਕਿ ਕੀ ਕਹਿਣਾ ਹੈਗਾ ਲੋਕਾਂ ਦਾ ਲੋਕ ਕੀ ਕਹਿਣਾ ਚਾਹੁੰਦੇ ਨੇ ਅੱਜ ਟੋਲ ਪਲਾਜ਼ਾ ਸ਼ੁਰੂ ਹੋਣ ਜਾ ਰਹੇ ਨੇ ਕੀ ਕਹੋਗੇ ਨੇ ਜੀ ਇਹਨਾਂ ਦਾ ਹੱਕ ਆ ਇਹਨਾਂ ਨੇ ਪੈਸੇ ਖਰਚੇ ਸੀਗੇ ਹੋਣਾ ਚਾਹੀਦਾ ਵਾ ਟੂਲ ਪਲਾਜ਼ਾ ਵੇਖੋ ਇਹਨਾਂ ਨੇ ਛੜਕਾ ਬਣਾਈਆਂ ਸੀ ਇਸ ਲਈ ਇਹਨਾਂ ਦਾ ਪੂਰਾ ਹੱਕ ਆ ਟੂਲ ਪਲਾਜ਼ਾ ਸ਼ੁਰੂ ਹੋਣੀ ਚਾਹੀਦੀ ਆ ਇਹ ਕੋਈ ਗਲਤ ਗੱਲ ਨਹੀਂ ਕਰ ਰਹਾ ਕਿ ਕਹਿ ਸਕਦੇ ਆ ਰੇਟਾਂ ਦਾ ਜਿਹੜਾ ਕੋਈ ਗੱਲਬਾਤ ਨੂੰ ਲੈ ਕੇ ਕੁਝ ਹੈਗਾ ਉਹਦੇ ਬਾਰੇ ਕੀ ਦੇਖੋ ਇਹ ਮੈਂ ਰਿਕਵੈਸਟ ਕਰਦਾ ਵਾਂ ਵੀ ਜੋ ਪਹਿਲਾਂ ਰੇਟ ਸੀਗੇ ਉਹੀ ਹੋਣੇ ਚਾਹੀਦੇ ਆ ਤੇ ਇਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਆ ਅਸੀਂ ਇਹਨਾਂ ਨੂੰ ਨਹੀਂ ਕਿਹਾ ਬੰਦ ਕਰਨ ਨੂੰ ਠੀਕ ਆ ਨਾ ਜਿੰਨਾ ਕਿਸਾਨ ਜੂਨੀਅਰਾਂ ਨੇ ਬੰਦ ਕੀਤਾ ਕੱਟ ਕਹਿਣਾ ਜੈਜ ਰੇਟ ਹੋਣ ਤੇ ਚੱਲੋ ਤੁਸੀਂ ਪੈਸੇ ਦੇ ਜੈਜ ਰੇਟ ਹੋਣੇ ਚਾਹੀਦੇ ਤੇ ਜਰੂਰ ਚੱਲੂ ਹੋਣੇ ਚਾਹੀਦੇ ਹਾਂ ਜਰੂਰ ਚੱਲੂ ਲੇਕਿਨ ਇੱਕ ਗੱਲ ਜਰੂਰ ਆ ਜਿਹੜਾ ਸਰਕਾਰ ਨੇ ਬਿਨਾ ਵਜ੍ਹਾ ਇੰਨਾ ਜ਼ਿਆਦਾ ਤੇਲ ਦਾ ਰੇਟ ਲਾਇਆ ਨਾ ਡੀਜ਼ਲ ਦਾ ਰੇਟ ਉਹ ਗੱਲ ਗਲਤ ਕੀਤੀ ਆ ਇਹਨਾਂ ਨੇ ਜਾਣਬੁੱਝ ਕੇ ਸੋ ਕਹਿ ਸਕਦੇ ਆ ਟ੍ਰੈਫਿਕ ਵੀ ਬਿਲਕੁਲ ਚੱਲੂ ਰੱਖੀਏ ਕਿ ਉਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਟੋਲ ਜਿਹੜੇ ਕਹਿ ਸਕਦੇ ਆ ਕਿ ਟੋਲ ਪ੍ਰਾਈਜ਼ ਹੈਗੇ ਉਹ ਦੇਣਾ ਚਾਹੁੰਦੇ ਆ ਇਹਨਾਂ ਦਾ ਹੱਕ ਬਣਦਾ ਹੈਗਾ ਔਰ ਉਸ ਪੱਖੋਂ ਉਹ ਇਹਨੂੰ ਮਨਾ ਨਹੀਂ ਕਰਦੇ ਲੇਕਿਨ ਉਹਨਾਂ ਦਾ ਇਹਦੇ ਨਾਲ ਇਹ ਵੀ ਕਹਿਣਾ ਹੈਗਾ ਹੈ ਕਿ ਜੇਕਰ ਟੋਲ ਪਲਾਜ਼ੇ ਸ਼ੁਰੂ ਹੁੰਦੇ ਨੇ ਤਾਂ ਉਹਦੇ ਵਿੱਚ ਰੇਟਾਂ ਦਾ ਧਿਆਨ ਰੱਖਿਆ ਜਾਵੇ ਕੀ ਸ਼ੋਭਨਾਮ ਜੀ ਨਰਮਲ ਸਿੰਘ ਜੀ ਕੀ ਕਹਿਣਾ ਚਾਹੋਗੇ ਟੋਲ ਪਲਾਜ਼ਾ ਜੀ ਸ਼ੁਰੂ ਹੋਣ ਜਾ ਰਿਹਾ ਹੈ ਗੀ ਗਲਤ ਹੋ ਰਿਹਾ ਯਾਰ ਰੇਟ ਪਹਿਲੇ ਰਹਿਣ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਨਵੇਂ ਰੇਟ ਜਣੇ ਵਧਾਏ ਨਾ ਜਾਣ ਨਵੇਂ ਨੇ ਵਧਾਏ ਨਾ ਜਾਣ ਹਾਂ ਜੇ ਬਤਾਉਂਦੇ ਹੈਗੇ ਫਿਰ ਫਿਰ ਗਲਤ ਫਿਰ ਰੋਕਾਂਗੇ हां भजी का आगे गुवावांगे सो कह सकदे हा के लोकां दा जिन्न नाल भी ਗੱਲਬਾਤ ਹੁੰਦੀ ਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਉਹਨਾਂ ਵੱਲੋਂ ਟੋਲ ਪਲਾਜ਼ਾ ਸ਼ੁਰੂ ਹੋਣ ਦੇ ਉੱਤੇ ਜਿਹੜੀ ਹੈਗੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਗਈ ਔਰ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਕੋਈ ਇਤਰਾਜ਼ ਨਹੀਂ ਹੈਗਾ ਜੇਕਰ ਟੋਲ ਪਲਾਜ਼ਾ ਸ਼ੁਰੂ ਹੁੰਦੇ ਨੇ ਲੇਕਿਨ ਇਹ ਟੋਲ ਪਲਾਜ਼ਾ ਪਹਿਲੇ ਵਾਲੇ ਰੇਟਾਂ ਰੇਟਾਂ ਦੇ ਉੱਤੇ ਹੀ ਮੋੜ ਸ਼ੁਰੂ ਕੀਤੇ ਜਾਣ ਇਹ ਲੋਕਾਂ ਦੀ ਕਹਿ ਸਕਦੇ ਆ ਕਿ ਮੰਗ ਸਾਹਮਣੇ ਨਜ਼ਰ ਆ ਰਹੀ ਹੈ ਕੈਮਰਾਮੈਨ ਅਪਿੰਦਰ ਸਿੰਘ ਦੇ ਨਾਲ ਗੁਰਦਰਸ਼ਨ ਸਿੰਘ ਪ੍ਰਿੰਸ ਵਿਆਸ